ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਹਾਡਾ ਮੇਜ਼ਬਾਨ ਆਜ਼ਮ, ਤੁਸੀਂ ਦੇਖ ਰਹੇ ਸੋਹਣਾ ਪੰਜਾਬ ਟੀਵੀ। ਤੁਹਾਡਾ ਸੱਚੇ ਨੇ ਬਹੁਤ ਤੋਂ ਲੈ ਕੇ ਆਉਣਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ। ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਸਾਨੀ ਪਹੁੰਚ ਰਵੇ। ਨੰਬਰ ਹੁੰਦਾ 0349-1600-211। ਇਹੀ ਵਟਸਐਪ ਨੰਬਰ, ਇਹੀ ਈਮੇਲ ਨੰਬਰ ਹੈ। ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਤੇ ਮਾਸ਼ਾਅੱਲਾ ਦੇ ਕਮੈਂਟ ਲਾਉਣੇ ਨੇ। ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ। ਸੋਹਣਾ ਪੰਜਾਬ ਟੀਵੀ ਤੇ ਇਨਸ਼ਾਅੱਲਾ ਅੱਛੇ ਦੇ ਪਿਓ ਨੀਲੀ ਜਾਮਣ ਆ ਰਹੇ ਨੇ। ਆਪਣੇ ਸੱਜੇ ਪਾਸੇ ਪਿਓ ਨੀਲੀ ਮੱਝ ਮਾਸ਼ਾਅੱਲਾ ਆਈਏ, ਮੀਂਹ ਹਾਲ ਦੇਣ ਮਾਸ਼ਾਅੱਲਾ। ਇਹ ਫੂਕਾ ਮਾਰਿਆ ਮਹਿਲ ਸਿੰਘ ਬਾਹਰ ਆ ਰਿਹਾ, ਮਿਹਰਬਾਨੀ ਵੇਖੋ ਜੀ, ਬਿਲਕੁਲ ਮੀਨੀ ਮੱਝ ਏ, ਪਤਲੀ ਬੂਥੀ ਏ, ਬਾਕੀ ਚਿੱਟੀਆਂ ਅੱਖਾਂ ਨੇ, ਧੁੰਨੀ ਬੋਈ ਦਾ ਨਿਸ਼ਾਨ ਬਿਲਕੁਲ ਕੋਣੀ, ਮੈਂ ਦਾ ਪਸ਼ਮ ਚੱਪਾ ਚੱਪਾ ਜਿਹੜੀ ਵੱਖੀ ਨਿੱਕੀ ਜੀ ਏ, ਬਾਕੀ ਪੂਛਲ ਜਿਵੇਂ ਡੋਰ ਹੁੰਦੀ ਅੱਲਾ ਦੀ ਮਿਹਰਬਾਨੀ ਨਾਲ। ਥਣ ਜਿਹੜਾ ਮੋਟਾ ਥਣ, ਦੋਹਰਾ ਥਣ ਲਾਈ ਖੜੀ ਮਾਸ਼ਾਅੱਲਾ। ਦੋਹਰੇ ਥਣ ਦੇ ਸੱਜਣ ਤੇ ਵੀਰ ਬੜੇ ਸ਼ੌਕੀਨ ਨੇ। ਬਾਕੀ ਮੱਝ ਗੇਠੇੜ ਵਿਰਲਾ, ਦੋਹਰਾ ਥਣ, ਫੱਟੇ ਵਾਲਾ ਬਹਾਨਾ ਮਾਸ਼ਾਅੱਲਾ। ਬਾਕੀ ਮੈਂ ਦੀ ਜਿੰਦ ਜਾਂ ਚੰਗੀ ਏ, ਦੂਜਾ ਸੁਆ ਸੂਈ ਮਾਸ਼ਾਅੱਲਾ। ਬਾਕੀ ਕੈਮਰੇ ਨਿਗਾਹ ਵਿੱਚ ਪੈਰ ਹੀ ਨੇ ਜਿਵੇਂ ਪਿਆਲੀਆਂ ਹੁੰਦੀਆਂ ਨੇ, ਨਿੱਕੇ ਨਿੱਕੇ ਪੈਰ ਨੇ, ਪਿਆਲੀ ਵਿੱਚ ਰੱਖੋ ਪੈਰ, ਅੱਲਾ ਹੀ ਮੇਰੇ ਮਨ ਰੁਕ ਜਾਏਗਾ। ਬਾਕੀ ਛੇੜ ਦੀ ਮੱਝ ਏ, ਧੁੰਨੀ ਕੋਲੀ ਬਿਲਕੁਲ ਕੋਣੀ ਦੀ, ਚੱਪਾ ਚੱਪਾ ਪਛਮੇ। ਬਾਕੀ ਮੈਂ ਦੇ ਹਰ ਪਾਸੋਂ ਪੂਰੀ ਏ, ਲਾਜਵਾਬ ਮੱਝ ਏ। ਬਾਕੀ ਹੁਣ ਭਾਈ ਤੋਂ ਗੱਲਾਂ ਸਾਰੀ ਪੁੱਛਾਂਗੇ, ਸੂਈ ਏ ਜਾਂ ਸੂਣ ਵਾਲੀ, ਜੋ ਵੀ ਮਾਮਲਾਤ ਨੇ ਭਾਈ ਤੋਂ ਪੁੱਛਾਂਗੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਆਈ ਸਾਹਿਬ। ਪਛਕੀ ਕੀ ਹਾਲ? ਅੱਲਾ ਦਾ ਕਰਮ ਜੀ, ਸਿਹਤ ਵੀ ਠੀਕ ਏ? ਅੱਲਾ ਦਾ ਸ਼ੁਕਰ ਆ ਜੀ। ਫਿਰ ਧਿਆਨ ਇਨਸ਼ਾਅੱਲਾ ਜੀ। ਅੱਛਾ ਜੀ, ਇਹ ਪਛਕੀ ਜਿਹੜੀ ਮੱਝ ਆਪਣੀ, ਇਹ ਕਿਹਨਵਾ ਸੁਆ ਸੋਈ? ਦੂਜਾ ਸੁਆ ਅੱਜ ਸਾਹਿਬ ਸੋਈ ਹੈ। ਮੀਣੀ ਮੱਝ ਮਾਸ਼ਾਅੱਲਾ ਆਪਣੀ, ਮੀਣੀ ਮੈਂ ਆ ਦੇ ਮੀਣੀ ਮੱਝ ਦਰਿਆਵਾਂ ਪਾ ਵੀ ਸੌਦਾ ਕਰ ਲਓ ਮਿਹਰਬਾਨੀ ਨਾਲ। ਪਤਲੀ ਜੀ ਬੂਥੀ ਏ, ਇੱਕ ਅੱਖ ਜਵਾਬ ਥੋੜਾ ਜਿਹਾ ਚਿੱਟੀ ਏ, ਬਾਕੀ ਮੈਂ ਆਰ ਪਾਰ ਸੋਹਣੇ ਨੇ ਸਾਰੇ। ਬਾਕੀ ਭਾਈ ਸ਼ਕੀਰ ਜਿਹੜਾ ਬਾਂਝ ਆਪਣੀ, ਕਿੰਨੇ ਦਿਨ ਹੋ ਗਏ ਸੂਈ ਕਹਿੰਦਾ ਪਿਆ? ਅੱਜ ਚੌਥਾ ਦਿਨ ਆ ਸੂਈ। ਚੌਥਾ ਦਿਨ ਹੈ ਤੇ ਮਗਰ ਕੱਟੀ ਕੱਟਾ ਇਹਨੇ, ਕੱਟੀ ਅੱਜ ਸਾਹਿਬ ਇਹਦੇ ਨਾਲ। ਅੱਛਾ, ਮਗਰ ਵੀ ਕੱਟੀ ਮਾਸ਼ਾਅੱਲਾ, ਤੇ ਮੀਣੀ ਮੀਣੀ ਬਣੇਗੀ ਕੱਟੀ ਆ? ਕੱਟੀ ਵੀ ਇਨਸ਼ਾਅੱਲਾ ਮੀਣੀ ਬਣੂਗੀ ਅੱਲਾ ਦੇ ਹੁਕਮ ਨਾਲ। ਮੱਝਾਂ ਮਾਸ਼ਾਅੱਲਾ, ਦੋ ਮੱਝਾਂ ਬਣ ਗਿਆ, ਜਿਹੜਾ ਵੀਰ ਭਰਾ ਲੈ ਗਿਆ। ਹਾਂਜੀ, ਠੀਕ ਹੋ ਗਿਆ ਜੀ। ਤੇ ਬਾਕੀ ਜਿਹੜਾ ਮੱਝ ਲਾਜਵਾਬ, ਪਾਣ ਵਾਲਾ ਥਣ, ਹਰ ਪਾਸੋਂ ਪੂਰੀ ਏ, ਤੇ ਪਛਕੀ ਜਿਹੜੀ ਮੱਝ ਆਪਣੀ, ਦੁੱਧ ਕਿੰਨਾ ਹਾਜ਼ਰ ਮੌਕੇ ਦੇ ਥੱਲੇ? ਭਾਈ ਸਾਹਿਬ ਹਾਜ਼ਰ ਮੌਕੇ ਦੇ ਨਾ, ਇੱਕ ਥਣ ਬਚਨ ਛੱਡ ਕੇ 16 ਕਿਲੋ ਦੁੱਧ ਕਰਦੀ ਪਈ। ਅੱਛਾ, ਇੱਕ ਥਣ ਛੱਡ ਕੇ ਬੱਚਿਆਂ 16 ਲੀਟਰ ਕਰ? ਮੈਂ 2 ਕਿਲੋ ਗਾੜੀ ਆ। ਅੱਛਾ, 2 ਕਿਲੋ ਗਾੜੀ, ਮੈਂ ਕੱਦ ਵੀ ਚੰਗਾ ਮਾਸ਼ਾਅੱਲਾ। ਇਹ ਪੁੱਛ ਜਿਹੜੀ ਏ, ਖੁੱਡੇ ਵਿੱਚ ਖਿੱਚਾ ਬਾਹਰ ਆਉਂਦੀ ਏ, ਬਾਕੀ ਖੁੱਡੇ ਦੇ ਵਿੱਚ ਲੱਗੀ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਮੱਝ ਮਾਸ਼ਾਅੱਲਾ ਥੱਬਿਆਂ ਵਾਲੇ ਰੱਖੀ ਏ। ਇਹ ਪੰਜ ਜਿਹੜਾ ਮੱਝ ਆਪਣੀ ਹਾਜ਼ਰ ਮੌਕੇ ਦੁੱਧ ਕਿੰਨਾ ਦੇ ਥੱਲੇ? ਹਾਏ ਸਾਹਿਬ, ਇੱਕ ਥਣ ਬਚਨ ਛੱਡ ਕੇ 15-16 ਕਿਲੋ ਕਰਦੀ ਪਈ। ਨਹੀਂ 15-16 ਨੀ ਨਾ, ਇੱਕੋ ਗੱਲ ਕਰ ਯਾਰ, ਠੰਡਾ ਦੁੱਧ ਕੋਈ ਵੀਰ ਇੱਕ ਦਿਨ ਆਵੇ, 2 ਦਿਨ ਆ, 14 ਕਿਲੋ ਆਪਾਂ ਗੜਵੀ ਮਰਵਾ ਦਾਂਗੇ। ਅੱਛਾ, 14 ਲੀਟਰ ਮਾਰਮ ਜਾਨ ਮਹੀਨਾ ਹੀ, 2 ਟਾਈਮ 3 ਟਾਈਮ ਚੋਵੇ, 3 ਟਾਈਮ 3 ਦਿਨ ਚੋਈ ਜਾਵੇ, 3 ਦਿਨ ਚੋਈ ਜਾਵੇ, ਠੀਕ ਹੋ ਗਿਆ। 3 ਟਾਈਮ ਚੋਵ, ਮੈਂ ਦੁੱਧ ਪੂਰਾ ਹੁੰਦਾ ਬਿਲਕੁਲ, ਜਿੰਨਾ ਬੰਦਾ ਕਰੇ। 1 ਟਾਈਮ ਖਾਲੀ ਕਰੋ, 2 ਟਾਈਮ ਚੋਵੋ, ਤੇ 14 ਲੀਟਰ ਦੁੱਧ ਠੰਡਾ ਹੈ, ਠੰਡਾ ਬੋਲਾ ਬਣਦਾ ਪਿਆ। ਅੱਜ ਤੀਸਰਾ ਦਿਨ ਆ, ਚੌਥਾ ਸੂਈ? ਅੱਜ ਚੌਥਾ ਦਿਨ ਹੈ, ਤੀਸਰਾ ਦਿਨ ਹੈ ਕਿ ਚੌਥਾ ਦਿਨ, ਇੱਕ ਗੱਲ ਕਰ। ਅੱਜ ਚੌਥਾ ਦਿਨ ਆਈ ਸਾਹਿਬ ਹੋ ਗਿਆ, ਅੱਜ 4 ਦਿਨ ਹੋ ਗਏ ਮਾਈ ਸੂਈ ਨੂੰ, ਠੀਕ ਹੋ ਗਿਆ। 4 ਦਿਨ ਹੋ ਗਏ ਮਾਈ ਸੂਈ ਨੂੰ, 14 ਲੀਟਰ ਦੁੱਧ ਦੇ, ਤੇ ਮੱਝ ਜਿਹੜੀ ਪਹਿਲੇ ਸੂਏ ਦਾ ਰਿਕਾਰਡ ਦੋ 16 ਕਿਲੋ 15-16 ਕਿਲੋ ਨਾ, ਇੱਕ ਥਣ ਬਚਨ ਛੱਡ ਕੇ ਕਰਦੀ ਰਹੀ, ਮੈਂ ਹੁਣ 1.5-2 ਕਿਲੋ ਗਾੜੀ ਹੈਗੀ। ਮਾਸ਼ਾਅੱਲਾ, ਠੀਕ ਹੋ ਗਿਆ। ਤੇ ਮੇਰਾ ਵੀ ਗੱਲ ਇਸ ਤਰ੍ਹਾਂ ਦੀ ਹੈ, ਮੈਂ ਇਸ ਥਾਂ 'ਚ ਫੁਹਾਰਾ, ਛੱਟਾ, ਗੰਢ, ਮਰੋੜੀ, ਕਿਸੇ ਕਿਸਮ ਦਾ ਵਾਲ ਨਾ ਹੋਵੇ, ਨਾ ਨਾ ਪੈਸੇ ਖਰੇ ਨੇ, ਮੱਝ ਖਰੀ ਹੋਣੀ ਚਾਹੀਦੀ। ਹਾਜੀ ਸਾਹਿਬ, ਕੋਈ ਵਾਲ ਬੋਲ ਨਹੀਂ ਅੱਲਾ, ਕਿਸੇ ਕਿਸਮ ਦਾ ਵਾਲ, ਕੋਈ ਵਾਧਾ ਘਾਟਾ ਨਾ, ਠੀਕ ਹੋ ਗਿਆ। ਆਪਾਂ ਗੱਲ ਦੇਣੀ ਨਾ ਆਵੇ, ਲੈਣੀ ਗੱਲ ਆਵੇ ਆਪਾਂ, ਠੀਕ ਹੋ ਗਿਆ।
ਤੇ ਗੱਲ 16 ਨੇ ਕਰਨੀ ਹੈ ਤੇ ਪੱਕੀ ਪੀਟੀ ਗੱਲ ਕਰਨੀ ਹੈ ਮੇਰਾ ਵੀਰ। ਅੱਜ ਮਾਹ ਰਮਜ਼ਾਨ ਦਾ ਮਹੀਨਾ ਝੂਠ ਵੱਜਦਾ ਨਹੀਂ। ਅੱਛਾ ਜੀ, ਮੁੱਲ ਲੋਕਾਂ ਕੋਲ 6 ਲੱਖ ਮੰਗੀ ਹੈ ਜੀ। ਅੱਛਾ, 5,70,000 ਦੀ ਮੈਂ ਦਵਾਂ। 5,70,000 ਦੀ ਮੇਰੀ ਗੱਲ ਸੁਣ ਲੈ, ਨਫਾ ਜਾਇਜ਼ਾ ਰੱਖ ਦੇ ਨਾ, ਮੈਂ ਦੇ ਦੇ ਤੇਰੀ ਮਿਹਰਬਾਨੀ। ਮੁੱਲ ਭਾਵੇਂ ਦੂਜੇ ਚੰਨ 7 ਲੱਖ ਕੀਤੀ, 8 ਲੱਖ ਕੀਤੀ ਹੈ, 5,55,000 ਦੀ ਮੈਂ ਦੇ ਦਾਂਗਾ। ਨਹੀਂ ਨਹੀਂ, 5,000 ਦਾ 70 ਦਾ ਕੁਛ ਨਹੀਂ ਬਣਦਾ, ਕੋਈ ਪੱਕੀ ਦਿਲ ਦੀ ਗੱਲ ਦੱਸ ਦੇ। 5.5 ਦੀ ਫਾਈਨਲ ਮੈਂ ਦੇ ਦਾਂਗਾ ਜੀ, 5.5 ਲੱਖ ਰੁਪਏ। ਕੋਈ ਸੱਜਣ ਵੇਲੀ ਮੌਕੇ ਤੇ ਆ ਜਾਵੇ ਜਾਂ ਆਪਣੇ ਰਾਬਤਾ ਕਰੇ, ਫਿਰ ਮੀਰ ਚਾਹ ਪਾਣੀ ਸੇਲ ਪਾਣੀ। ਹਾਂਜੀ, ਨਹੀਂ ਹੁਣ ਸਾਰੀਆਂ ਕਸਰਾਂ ਕੱਢ ਦੇ। ਨਹੀਂ, ਮੂੰਹ ਮੰਗੀ ਮੌਤ ਬੰਦਾ ਨਾ ਵੀ ਆ ਜਾ ਮੇਰੇ ਨਾਲ, ਤੂੰ ਪੱਕੀ ਗੱਲ ਦੱਸ ਦੇ, ਮੈਂ ਦੇਣੀ। ਨਹੀਂ ਹਾਂਜੀ, ਇੱਥੋਂ ਕਸਮ ਦਾ ਚੱਕ ਸੌਦੇ ਵਿੱਚ ਤੇ ਪੱਕੀ ਪੀਟੀ ਗੱਲ ਕਰ ਮੈਂ ਯਾਰ। ਮੋਰਿਆਲਾ ਨੂੰ ਛੱਡਣਾ, 5,45,000 ਦੀ ਮੈਂ। ਠੀਕ ਹੋ ਗਿਆ ਜੀ, 5,00,000 ਤੇ 45,000 ਰੁਪਇਆ ਡਿਮਾਂਡ ਮਾਲਕਾਂ ਦੀ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਮੱਝ ਜਿਹੜੀ ਸਾਫ ਸੁਥਰੀ ਮੱਝ ਹੈ, ਪਿਛਲੇ ਖੁੱਚਾਂ ਤੋਂ ਲੈ ਕੇ ਅਗਲੇ ਨਾਸਾਂ ਤੇ ਮੱਝ, ਕੋਈ ਥਾਂ ਨੀ ਲੰਮਾ, ਥਾਂ ਇੱਕੋ ਜਿਹਾ, ਕੋਈ ਧੁੰਨੀ ਕੌੜੀ ਕੌਣੀ ਦੀ। ਬਾਕੀ ਮੈਂ ਇਹਦੇ ਚੱਪਾ ਚੱਪਾ ਕਲਿੱਪ ਲੱਗੇ ਨੇ, ਮੀਨੀ ਮੱਝ ਮੈਂ ਮਾਸ਼ਾਲਾ ਪਿੱਛੋਂ ਅੱਗੋਂ ਕੱਟੀਏ, ਪਿੱਛੋਂ ਮੱਝ ਸਾਫ ਸੁਥਰੀ ਮੱਝ, ਮੀਨੀ ਮੱਝ ਮਾਸ਼ਾਲਾ ਆ ਕਲਿੱਪ ਵੇਖੇ ਜੀ, ਬਿਲਕੁਲ ਦੋਵੇਂ ਹਲਦੇ ਨੇ ਇੱਕੋ ਜੇ। ਬਾਕੀ ਇਹ ਵੀ ਇੱਕ ਹਲਦਾ ਇੱਕ ਨਹੀਂ ਹਲਦਾ, ਬਾਕੀ ਕੰਨ ਜਿਵੇਂ ਛੱਜ ਹੁੰਦੇ ਨੇ, ਛੇੜ ਦੀ ਮੱਝ, ਇਹ ਪੈਰ ਵੇਖੋ ਜੀ ਜਿਵੇਂ ਪਿਆਰੀਆਂ ਹੁੰਦੀਆਂ ਨੇ, ਕੋਈ ਪੈਰ ਨਹੀਂ ਬਣਿਆ, ਜੈਨੂਇਨ ਪੈਰ ਨੇ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ, ਸੋਹਣਾ ਪੰਜਾਬ ਟੀਵੀ ਦੇ ਅੱਛੇ ਪਿਓ ਨਿਧੀ ਜਾਮ ਰਾਜ ਨੇ ਅੱਲਾ ਦੀ ਮਿਹਰਬਾਨੀ ਨਾਲ। ਮਗਰ ਕੱਟਣ ਦੇ ਸ਼ਾਹ ਕਾਲਾ ਕੱਟੀਏ, ਮਗਰ ਕੱਟੀਏ, ਰੋਜ਼ਾਨਾ ਮਹੀਨਾ ਇਨਸ਼ਾਅੱਲਾ ਜਿਹੜਾ ਵੀਰ ਭਰਾ ਜਾਵੇਗਾ, ਮੱਝ ਸਾਫ ਸੁਥਰੀਏ, ਨਹੀਂ ਛੱਡ ਬਹਿਣ ਮਾੜਾ ਜਾ, ਉਹ ਕੱਟੀ ਵਿਖਾਓ ਜੀ। ਮਿਹਰਬਾਨੀ ਨਾਲ ਬਰੀਕ ਜਿਵੇਂ ਡੋਰ ਹੁੰਦੀ ਹੈ, ਭਲਵਾਨਾ ਤਾਂ ਟੁੱਟਦੀ ਹੈ, ਖੁੱਚਾਂ ਸਿੱਧੀਆਂ ਮਾਜ ਦੀਆਂ, ਪੱਟ ਮੋਟਾ ਅੱਲਾ ਦੀ ਮਿਹਰਬਾਨੀ ਨਾਲ। ਤੇ ਨੰਬਰ ਆਪਣਾ 0359-1600-211 ਇਹੋ ਵਟਸਐਪ ਨੰਬਰ, ਤੇ ਉਹੀ ਮੋ ਨੰਬਰ ਹੈ। ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ, ਤੇ ਮਾਸ਼ਾਅੱਲਾ ਕਮੈਂਟ ਲਾਉਣੇ ਨੇ, ਕੰਨੀ ਲੰਮੀ ਹੈ ਮਾਸ਼ਾਅੱਲਾ ਜਿਵੇਂ ਪੂੰਜਦੀ ਹੁੰਦੀ ਹੈ। ਨੰਬਰ ਆਪਣਾ 0359-1600-211 ਇਹੋ ਵਟਸਐਪ ਨੰਬਰ, ਇਹੋ ਮੋ ਨੰਬਰ। ਮਿਲਾਂਗੇ ਅਗਲੀ ਵੀਡੀਓ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।